ਗੁੱਡ ਮਾਰਨਿੰਗ ਮੇਰੇ ਸਾਰੇ ਦੋਸਤਾਂ ਨੂੰ। ਦੋਸਤੋ, ਮੈਂ ਹੁਣੇ ਹੁਣੇ ਬਾਹਰ ਜਾ ਕੇ ਦੇਖਿਆ ਕਿ ਧੁੰਦ ਬਹੁਤ ਜ਼ਿਆਦਾ ਹੈ ਅਤੇ ਅਸੀਂ ਸਾਰਿਆਂ ਨੇ ਕੰਮਾਂ ਕਾਰਾਂ 'ਤੇ ਵੀ ਜਾਣਾ ਅਤੇ ਰਿਕੁਐਸਟ ਹੈ ਤੇਜ਼ ਚਲਾਉਣ ਦੀ ਬਜਾਏ ਅਸੀਂ ਸਲੋਅ ਜਾਈਏ ਅਤੇ ਅਸੀਂ ਇੱਕ ਤਾਂ ਠੰਡ ਤੋਂ ਵੀ ਬਚ ਸਕਾਂਗੇ ਅਤੇ ਇੱਕ ਜਿਹੜਾ ਧੁੰਦ ਤੋਂ ਦੇ ਵਿੱਚ ਹੋ ਰਹੇ ਐਕਸੀਡੈਂਟ ਹੈ ਉਹਨਾਂ ਤੋਂ ਸੇਫ ਹੋ ਜਾਵਾਂਗੇ। ਅਸੀਂ ਸਾਰੇ ਜਣੇ ਰਲ ਕੇ ਹੀ ਕਰੀਏ ਅਤੇ ਮੈਂ ਤੁਹਾਨੂੰ ਧੁੰਦ ਦਾ ਨਜ਼ਾਰਾ ਦੱਸਣਾ ਚਾਹੁੰਦਾ। ਬਹੁਤ ਜ਼ਿਆਦਾ ਧੁੰਦ ਹੈ ਅਤੇ ਅਸੀਂ ਸਾਰੇ ਜਣੇ ਘਾਗਰ ਹੋ ਕੇ ਚਲਾਈਏ। ਦੇਖੋ, ਜਿਹੜਾ ਕੁਛ ਦਿਖਦਾ ਹੀ ਨਹੀਂ ਪਿਆ ਅਤੇ ਅਸੀਂ ਆਪਣੇ ਆਪ ਨੂੰ ਸੇਫ ਰੱਖ ਸਕੀਏ। ਦੇਖੋ, ਧਿਆਨ ਮਾਰੋ ਅਤੇ ਮੇਰੀ ਤਾਂ ਰਿਕੁਐਸਟ ਇਹੀ ਹੈ, ਅਸੀਂ ਜਿੱਥੇ ਜਾਣਾ ਉੱਥੇ 10-15 ਮਿੰਟ ਪਹਿਲਾਂ ਤੁਰ ਪਈਏ ਅਤੇ ਵਹੀਕਲ ਵਗੈਰਾ ਨਾ ਤੇਜ਼ ਚਲਾਈਏ। ਅਤੇ ਇਹੀ ਮੇਰੇ ਸਾਰੇ ਯਾਰਾਂ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਤੇ ਇਹਨੂੰ ਕਬੂਲ